ਕਾਫੀ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਫਿਰੋਜ਼ਪੁਰ ਪੀਜੀਆ ਸੈਟੇਲਾਈਟ ਸੈਂਟਰ ਦਾ ਜਿਹੜਾ ਹੈ ਕੰਮ ਸ਼ੁਰੂ ਹੋ ਚੁੱਕਾ ਹੈ 200 ਤੇ 48 ਕਰੋੜ ਦਾ ਜਿਹੜਾ ਬਿਲਡਿੰਗ ਦਾ ਪ੍ਰੋਜੈਕਟ ਹੈਗਾ ਜਿਸ ਨੂੰ ਅਰ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਹੜੀ ਟੀਮ ਹੈ ਜਿਹੜੀ ਕੰਸਟਰਕਸ਼ਨ ਟੀਮ ਹੈਗੀ ਦਿੱਲੀ ਤੋਂ ਉਹ ਲੋਕ ਆ ਚੁੱਕੇ ਨੇ ਮੈਂ ਤਸਵੀਰਾਂ ਦਿਖਾਣਾ ਚਾਹੁੰਗਾ ਕਿ ਜਿਹੜਾ ਹੈ ਉਹਨਾਂ ਨੇ ਕੰਮ ਦੀ ਸ਼ੁਰੂਆਤ ਸ਼ੁਰੂ ਕਰ ਦਿੱਤੀ ਹੋਈ ਹੈ ਸਾਰੇ ਪਾਸੇ ਜਿਹੜਾ ਸਫਾਈਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਮਾਰਕਿੰਗ ਕੀਤੀ ਗਈ ਜਿੱਥੇ-ਜਿੱਥੇ ਕਿਹੜੀ-ਕਿਹੜੀ ਬਿਲਡਿੰਗ ਬਣਨੀ ਹੈ ਔਰ ਇਸ ਤੋਂ ਬਾਅਦ ਉਹ ਕੰਟੇਨਰ ਜਿਹੜ ਜਿਹੜਾ ਹੈ ਕੰਮ ਨੂੰ ਬੜੀ ਤੇਜ਼ੀ ਨਾਲ ਅੱਪਟਾਇਆ ਜਾਏਗਾ ਟੋਟਲ ਜਿਹੜਾ ਪ੍ਰੋਜੈਕਟ ਹੈਗਾ ਹੈ ਇਹ ਜਿਹੜਾ ਹੈ 400 ਕਿੰਨੇ ਕਰੋੜ ਰੁਪਏ ਦਾ ਜਿੰਨੇ ਤੁਸੀਂ 260 ਕਰੋੜ ਰੁਪਏ ਦੀ ਬਿਲਡਿੰਗ ਹੈ ਉਸ ਤੋਂ ਬਾਅਦ ਜਿਹੜਾ ਹੈ ਮੈਡੀਕਲ ਇਕਵਿਪਮੈਂਟਸ ਵਗੈਰਾ ਜਿਹੜੇ ਆਣਗੇ ਉਸ ਤੋਂ ਬਾਅਦ ਇਸ ਦੇ ਵਿੱਚ ਮੈਡੀਕਲ ਕਾਲਜ ਖੁੱਲ੍ਹਿਆ ਜਾਏਗਾ ਇਸ ਪ੍ਰੋਜੈਕਟ ਦੇ ਕਿਉਂਕਿ 2012 ਦੇ ਇਨਾਂ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਤੋਂ ਬਾਅਦ ਲਾ ਹੁਣ ਸ਼ੁਰੂ ਆਇਆ ਹੈ ਪਿਛਲੇ ਸਾਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹਦਾ ਜਿਹੜਾ ਗਠਨ ਕਰਨ ਆਲੇ ਸੀ ਲੇਕਿਨ ਉਹ ਕਿਸਾਨ ਦੇ ਲਿਆਦੇ ਛੱਡੇ ਜਿਹੜੇ ਇਥੋਂ ਦੇ ਕਾਂਗਰਸ ਦੇ ਪૂર્વ ਵਿਧਾਇਕ ਇਹਨੇ ਪਰਮੇਂਦਰ ਸਿੰਘ ਜੀ ਪਿੰਕੀ ਜੀ ਇਹਨਾਂ ਦੇ ਕਾਫੀ ਜਿਹੜੇ ਐਫਰਟਸ ਹੈਗੇ ਇਹਨਾਂ ਨਾਲ ਗੱਲ ਕਰਦੇ ਅੱਜ ਫਾਈਨਲੀ ਕੰਮ ਜਿਹੜਾ ਸ਼ੁਰੂ ਹੋ ਗਿਆ ਭਾਜੀ ਕੀ ਕਹੂੰਗਾ ਦੇਖੋ ਪਹਿਲਾਂ ਤਾਂ ਮੈਂ ਫਿਰੋਜ਼ਪੁਰ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਇਸ ਨਿਸਬ ਨੂੰ ਵਧਾਈ ਦਿਨਾ ਕਿ ਬਾਰਡਰ ਤੇ ਬੈਕਵਰਡ ਏਰੀਆ ਦੇ ਵਿੱਚ ਜਿਹੜਾ ਸਾਡਾ ਇੱਕ ਸੁਪਨਾ ਸੀਗਾ ਸਕਾਰ ਹੋਇਆ ਕਿ ਅਸੀਂ ਇੱਥੇ ਪੀਜੀ ਲੈਉਣ ਦੀ ਗੱਲ ਕੀਤੀ ਸੀ 2012 ਦੇ ਵਿੱਚ ਜਦੋਂ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਸਰਕਾਰ ਸੀ ਉਹਨਾਂ ਨੇ ਸੈਂਕਸ਼ਨ ਕਰਕੇ ਭੇਜਿਆ ਸੀਗਾ ਇਹ ਤਿੰਨ ਫੇਸਸ ਦੇ ਵਿੱਚ ਬੰਨਾ ਹੈ ਇਹ 490 ਕਰੋੜ ਰੁਪਏ ਦਾ ਪਾਸ ਹੋਇਆ ਜਿਦੇ ਚ ਬਿਲਡਿੰਗ ਦਾ ਤਕਰੀਬਨ 258 ਕਰੋੜ ਰੁਪਏ ਲੱਗਣਗੇ ਬਾਕੀ ਮੈਡੀਕਲ ਇਕੁਪਮੈਂਟਸ ਤੇ ਇਹਦੇ ਨਾਲ ਨਾਲ ਹੀ ਮੈਂ ਮੈਡੀਕਲ ਕਾਲਜ ਲੈ ਕੇ ਆਵਾਂਗਾ ਇੱਥੇ ਜਿਹੜਾ ਕਿ ਸਾਡੇ ਬੱਚਿਆਂ ਨੂੰ ਉਹਦਾ ਫਾਇਦਾ ਹੋਵੇ 27 ਏਕੜ ਜ਼ਮੀਨ ਅਸੀਂ ਇੱਥੇ ਦਿੱਤੀ ਹੈ ਇਹਨਾਂ ਨੂੰ ਇਹਦੇ ਨਾਲ ਰਾਜਨੀਤੀ ਕਰਦੇ ਰਹੇ ਜਿਹੜੇ ਰਾਜਨੀਤਿਕ ਲੋਕ ਸੀਸਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਸੀ ਥੱਲੇ ਉਹਨਾਂ ਨੇ ਸਾਨੂੰ ਜ਼ਮੀਨ ਨਹੀਂ ਦਿੱਤੀ ਉਹ ਕਹਿਣ ਲੱਗ ਪਏ ਕਹਿੰਦੇ ਕਾਕਾ ਅੱਛਾ ਉਹਨਾਂ ਨੇ ਏਮਸ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਨੂੰ ਕਹਾਂ ਜੀ ਇੱਕ ਏਮਸ ਨਹੀਂ ਚਾਰ ਏਮਸ ਸ਼ੁਰੂ ਕਰ ਦੋ ਇਹ ਬਾਰਡਰ ਤੇ ਬੈਕਵਰਡ ਏਰੀਆ ਹੈਗਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਕੱਲ ਨੂੰ ਕੋਈ ਗੱਲ ਹੁੰਦੀ ਤਾਂ ਅਸੀਂ ਪਾਕਿਸਤਾਨ ਦੇ ਨਾਲ ਲੜਾਈ ਲੜਦੇ ਹਾਂ ਅਸੀਂ ਆਪਦੀ ਲੜਾਈ ਜਿਹੜੀ ਹੈ ਬੜੀ ਜ਼ੁਰਤ ਦੇ ਨਾਲ ਲੜਦੇ ਹਾਂ ਕੋਈ ਪਿੱਛੇ ਨਹੀਂ ਹਟਦੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਮੈਂ ਰਹਾ ਜਾਂ ਨਾ ਰਹਾ ਇਹ ਪੀਜੀਆਈ ਬਣਾ ਕੇ ਛੱਡਾਂਗਾ ਮੇਰਾ ਤੁਹਾਡਾ ਵਾਦਾ ਹੈ ਭਾਜੀ ਜੇ ਗੱਲ ਕੀਤੀ ਜਾਵੇ ਇਸ ਦੇ ਵਿੱਚ ਅੱਠਨਾ ਵੀ ਕਾਫੀ ਆਈਆਂ ਜਿਹੜੀ ਕ੍ਰੈਡਿਟ ਵਾਰ ਵੀ ਹੋਈ ਕਈ ਵਾਰੀ ਜਿਹੜੀ ਜਗਾ ਪਹਿਲਾਂ ਸਿਟੀ ਚ ਅਲਾਟ ਹੋਈ ਸੀਗੀ ਉਸ ਤੋਂ ਬਾਅਦ ਜਿਹੜੀ ਇੱਥੇ ਜਗਾ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੀਂਹ ਪੱਥਰ ਰੱਖਣ ਆਲੇ ਸੀ ਪਿੱਛੇ ਜ਼ਮੀਨ ਛਾ ਵੀ ਆਣ ਵਾਲੇ ਸੀ ਲੇਕਿਨ ਉਹ ਕੈਨਸਲ ਹੋ ਗਿਆ ਇਹ ਕੀ ਕਾਰਨ ਕੀ ਸੀ ਦੇਖੋ ਗੱਲ ਇਹ ਹੈ ਕਿ ਇਹਦੇ ਵਿੱਚ ਨਾ ਜਿਹੜੀਆਂ ਅਕਾਲੀ ਦਲ ਤੇ ਭਾਜਪੀ ਵਾਲੇ ਰਾਜਨੀਤੀ ਕਰਦੇ ਰਹੇ ਮੈਂ ਸਮਝਦਾ ਕਿ ਸਕੂਲ ਜਿਹੜੇ ਹੁਣ ਗੁਰਦੁਆਰਾ ਹੋਣ ਮੰਦਿਰ ਹੋਣ ਤੇ ਜਿਹੜੇ ਹਸਪਤਾਲ ਮੈਡੀ ਇਸਾਨੂੰ ਸਭ ਨੂੰ ਸਿੱਖਣਾ ਚਾਹੀਦਾ ਕੋਵਿਡ ਤੋਂ ਜਦੋਂ ਕਰੋਨਾ ਆਇਆ ਸੀ ਸਾਡੇ ਪਤਾ ਨਹੀਂ ਕਿੰਨੇਕ ਦੋਸਤ ਜਿਹੜੇ ਹੈਗੇ ਰੱਬ ਨੂੰ ਪਿਆਰੇ ਹੋ ਗਏ ਅਗਰੇ ਮੈਡੀਕਲ ਕਾਲਜ ਬਣਿਆ ਹੁੰਦਾ ਤਾਂ ਮੈਂ ਕਹਿੰਦਾ ਕਿ ਇੱਕ ਇੱਕ ਬੰਦੇ ਨੂੰ ਅਸੀਂ ਬਚਾ ਸਕਦੇ ਸੀ ਇਹ ਇਕੱਲਾ ਫਰੋਜ਼ਪੁਰ ਆਸਤੇ ਨਹੀਂ ਫਰੋਜ਼ਪੁਰ ਦੇ ਇਲਾਕੇ ਵਾਸਤੇ ਬਣਿਆ ਹੈਗਾ ਜਿਵੇਂ ਕਿਸੇ ਨੇ ਕਿਹਾ ਸਾਡੇ ਐਮਪੀ ਸਾਹਿਬ ਆਉਂਦੇ ਨੇ ਕਹਿੰਦੇ ਜੀ ਮੈਂ ਚਿੱਠੀ ਲਿਖਤੀ ਮੈਂ ਕਰਤਾ ਹੁਣ ਇਲੈਕਸ਼ਨ ਆ ਰਹੇ ਫਿਰ ਕਹਿਣਗੇ ਉਹ ਜਿਵੇਂ ਕਿਸੇ ਨੇ ਕਿਹਾ ਨਾ ਬਗਾਨੇ ਹੱਥੀ ਖੇਤੀ ਕਦੇ ਨਾ ਹੁੰਦੀ ਬੱਤੀਆਂ 33 ਇਹਨਾਂ ਨੂੰ ਪਤਾ ਹੀ ਨਹੀਂ ਕਿ ਪ੍ਰੋਜੈਕਟ ਕਿੰਨੇ ਦਾ ਹੈ ਇਹ ਗੱਲ ਕੀ ਕਰ ਰਹੇ ਆ ਅਸੀਂ ਅਸੀਂ ਲੋਕ ਲੋਕ ਬੜੇ ਸਿਆਣੇ ਹੋ ਗਏ ਨੇ ਹੁਣ ਲੋਕ ਸਮਝਦੇ ਨੇ ਕਿ ਕੌਣ ਕੰਮ ਕਰਦਾ ਹੈ ਕੌਣ ਕਰਾਂਦਾ ਮੈਂ ਇਸ ਕਰਕੇ ਇਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਆਪਦੇ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਕੋਠੀਆਂ ਬਣਾਉਣੀਆਂ ਛੱਡ ਦਿਓ ਲੋਕਾਂ ਦੇ ਵਾਸਤੇ ਇਨਫਰਾਸਟ੍ਰਕਚਰ ਲੈ ਕੇ ਆਉਣਾ ਚਾਹੀਦਾ ਹੈ ਇਹ ਮਿੱਟੀ ਹੈ ਅਸੀਂ ਮਿੱਟੀ 'ਚ ਰਹਿ ਜਾਣਾ ਹੈ ਇਸ ਕਰਕੇ ਇੱਥੋਂ ਕੁਝ ਨਹੀਂ ਲੈ ਕੇ ਜਾਣਾ ਜੋ ਵੀ ਹੈ ਲੋਕਾਂ ਦੀ ਭਲਾਈ ਹੈ ਜੇ ਅਸੀਂ ਨੇਕ ਕੰਮ ਕਰਾਂਗੇ ਲੋਕ ਸਾਨੂੰ ਯਾਦ ਰੱਖਣਗੇ ਇਹ ਇਸ ਚੀਜ਼ ਨੂੰ ਸਮਝਦੇ ਨਹੀਂ ਇਹ ਪੋਲਿਟਿਕਸ ਕਰਦੇ ਨੇ ਹਮੇਸ਼ਾ ਹੀ ਪੋਲਿਟਿਕਸ ਇਤੇ ਮੈਂ ਆਉਦੀ ਜ਼ਿੰਦਗੀ 'ਚ ਨਹੀਂ ਦੇਖਿਆ ਵੀ ਕਦੇ ਮੈਡੀਕਲ ਕਾਲਜ ਦੇ ਉੱਪਰ ਜਾਂ ਹਸਪੀਟਲ ਦੇ ਉੱਪਰ ਕਦੇ ਪੋਲਟੈਕਸ ਹੋਈ ਹੋਵੇ। ਅਕਾਲੀ ਦਲ ਵਾਲਿਆਂ ਨੇ ਇੱਥੇ ਰਾਜ ਕੀਤਾ ਹੈ ਤਕਰੀਬਨ 60 ਸਾਲ। ਉਦੋਂ ਕਿਉਂ ਨਹੀਂ ਪੀਜੀਆ ਲੈ ਕੇ ਆਏ? ਸਾਡਾ ਤੇ ਬਾਦਲ ਸਾਹਿਬ ਦਾ ਜਿਹੜਾ ਜ਼ਿਲ੍ਹਾ ਇੱਕ ਹੁੰਦਾ ਸੀ ਉਹਨਾਂ ਨੂੰ ਕਿਉਂ ਨਹੀਂ ਸੋਚ ਆਈ? ਜੇ ਕਿਸੇ ਦੀ ਸੋਚ ਸੀ ਤਾਂ ਉਹ ਸੋਚ ਦੇ ਪਿੱਛੇ ਚੱਲਣਾ ਚਾਹੀਦਾ। ਇਹ ਲੋਕ ਸਾਰੇ ਜਿਹੜੇ ਹੈਗੇ ਨੇ ਇਕੱਠੇ ਹੈਗੇ ਨੇ। ਅਸੀਂ ਵੋਟਾਂ ਬਟੋਰਨ ਦੇ ਵਾਸਤੇ ਇੱਕ ਦੂਜੇ ਨਾਲ ਲੜਾਈ, ਝਗੜਾ, ਇੱਕ ਦੂਜੇ ਨੂੰ ਮਾਰਨ ਮਾਰਨ ਤੱਕ ਜਾਂਦੇ ਹਾਂ ਕਿਉਂ? ਇਹ ਵੈਰ ਵਿਰੋਧ ਸਾਨੂੰ ਕਦੇ ਜਿਹੜਾ ਹੁਣ ਜਿਵੇਂ ਰਾਮ ਮੰਦਿਰ ਹੈ ਰਾਮ ਸਾਡੇ ਸਭ ਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਆ ਰਾਮ 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 ਅਸੀਂ ਸਾਰੇ ਉਹਨਾਂ ਦਾ ਮਾਨ ਸਮਾਨ ਕਰਦੇ ਆਂ ਸਾਨੂੰ ਸਿਖਾਇਆ ਜਾਂਦਾ ਇਸ ਕਰਕੇ ਐਵੇਂ ਗੁਰਦੁਆਰੇ ਮੰਦਿਰ ਤੇ ਜਿਹੜੇ ਹਸਪਤਾਲ ਹੁੰਦੇ ਸਭ ਲੋਕਾਂ ਦੇ ਵਾਸਤੇ ਹੁੰਦੇ ਆ ਇਹ ਸਿਰਫ ਇਹਨਾਂ ਦੀ ਪੋਲਿਟਿਕਸ ਸੀ ਜਿਹੜਾ ਇਹਨਾਂ ਨੇ ਇਹਨੂੰ ਰੋਕ ਦਿੱਤਾ ਮੈਂ ਫਿਰ ਦੱਸਣਾ ਚਾਹੁੰਦਾ ਕਿ 1 ਜਨਵਰੀ 2021 ਨੂੰ ਇਹਦਾ ਨੀਂਹ ਪੱਥਰ ਮੈਂ ਰੱਖ ਕੇ ਗਿਆ ਸੀਗਾ ਚਾਰਦਵਾਰੀ ਦਾ ਨਾਲ ਮੇਰੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚੈਲ ਤੇ ਸਾਰੀ ਐਡਮਿਨਿਸਟ੍ਰੇਸ਼ਨ ਸੀਗੀ ਉਹ ਜੇ ਹੁਣ ਤੱਕ ਇਹਨੂੰ ਸ਼ੁਰੂ ਕਰ ਦਿੰਦੇ ਇਦੇ ਨਾਲ ਮੈਂ ਸਮਝਦਾ ਕਿ ਕਈ ਹਜ਼ਾਰ ਲੋਕਾਂ ਨੂੰ ਨਾਲੇ ਨੌਕਰੀਆਂ ਮਿਲਦੀਆਂ ਕਈ ਲੱਖ ਲੋਕਾਂ ਦਾ ਭਲਾ ਹੁੰਦਾ ਅੱਜ ਲੋਕ ਇਹਨਾਂ ਨੂੰ ਪੁੱਛਣਗੇ ਸਵਾਲ ਕਰਨਗੇ ਕਿ ਹਾਂ ਤੁਸੀਂ ਕਹਿੰਦੇ ਕੀ ਉਹ ਤੇ ਕਰ ਦੇਖੀ ਆ ਇਲੈਕਸ਼ਨ ਆਉਂਦੇ ਤੇ ਗੱਲਾਂ ਕਰਦੇ ਨੇ ਇਲੈਕਸ਼ਨ ਬੜੀਆਂ ਛੋਟੀਆਂ ਚੀਜ਼ਾਂ ਨੇ ਜਿੱਤ ਹਾਰ ਹੁੰਦੀ ਰਹਿੰਦੀ ਐ სპੋਰਟਸਮੈਨਸ਼ਪੀਰਿਟ ਹੋਣੀ ਚਾਹੀਦੀ ਸਾਡੇ ਵਿੱਚ ਪਰ ਸਾਨੂੰ ਇਹ ਦੇਖਣਾ ਚਾਹੀਦਾ ਕਿ ਡਿਵੈਲਪਮੈਂਟ ਕੌਣ ਕਰਾ ਸਕਦਾ ਹੈ ਡਿਵੈਲਪਮੈਂਟ ਕੌਣ ਕਰੰਦਾ ਜਦੋਂ ਦੇਸ਼ ਆਜ਼ਾਦ ਹੋਇਆ ਸੀ ਸਾਡੇ ਦੇਸ਼ ਦੇ ਵਿੱਚ ਸੂਈ ਨਹੀਂ ਬੰਦੀ ਸੀ ਅੱਜ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਹੜੇ ਹੈਗੇ ਐ ਬੋਇੰਗ 1 ਲੱਖਪੇ ਕਿਹੜੀ ਚੀਜ਼ ਅੱਜ ਹਿੰਦੁਸਤਾਨ ਦੇ ਵਿੱਚ ਨਹੀਂ ਬਣ ਰਹੀ ਇਸ ਕਰਕੇ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਬਿਲਕੁਲ ਇਹਨਾਂ ਦਾ ਕਹਿਣਾ ਕੀ ਹੈ ਜਿਹੜਾ ਹੈ ਸ਼ੁਰੂ ਹੋਇਆ ਚਲ ਦੇਰ ਆਇਆ درست ਆਇਆ ਲੇਕਿਨ ਪ੍ਰੋਜੈਕਟ ਸ਼ੁਰੂ ਹੋ ਗਿਆ ਹੁਣ ਸਾਲ 2 ਸਾਲ ਦੇ ਵਿੱਚ ਜਿਹੜਾ ਹੈ ਇਹ ਕੰਪਲੀਟ ਹੋ ਜਾਏਗਾ ਫਿਰੋਜ਼ਪੁਰ ਦੇ ਸਰਦੀ ਇਲਾਕਾ ਹੈ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਹੈ ਇਸ ਦਾ ਫਾਇਦਾ ਪਹੁੰਚੇਗਾ ਕੈਮਰਾ ਬੋਥਨਾ ਰਾਜੇਸ਼ ਕਟਾਰੀਆ ਜੀ ਮੀਡੀਆ ਫਿਰੋਜ਼ਪੁਰ